जयकार जो कंवर जी का बोल सच्चे दरबार की दरबार की बिहारी लाल की जय।
Yeah.
Thank you.
ਲਾਈਵ ਉਧਰ ਮੈਂ ਕਿਹਾ ਅੱਗੇ ਨੂੰ ਕੋਰਸੀ ਕਰਕੇ ਦੇ ਲਾਈਵ ਕਰ ਦੂੰ ਲਾਈਵ ਕੀਤਾ ਹੈ ਜਗਰਾਤਾ ਮੈਂ ਕਿਹਾ ਅੱਗੇ ਨੂੰ ਕਰਕੇ ਨਾਲ ਕਲੀਅਰ ਲਿੰਕ ਭੇਜਿਆ ਵਾ ਤੁਹਾਨੂੰ ਆਹ
ਭਾਬੀ ਨੂੰ ਤੇ ਦੂਏ ਤੇ ਲਾ ਲਿਆ ਬਾਣੀ ਵਾਲੇ ਕਾਰਟੂਨਾਂ ਚ। Yeah.
ਮੈਂ ਕਾਲਾ ਮਾਲਾ ਕੀ ਦੋਤਾ ਵਾਲੀ ਦਾ ਬੋਲ ਸਕਦਾ Thank you.
ਸਹੀ ਆ ਜੀ ਬਾਬਾ ਜੀ ਬੇਦੇ ਬਣੀ ਬਣੀ ਉਤਾਰੀਆਂ ਦੇ ਚੱਲ ਜੋ ਰੁੜੀ ਆ ਮੇਰੇ ਮਸਤ ਮਲੰਗਾ ਦੇ ਧੂਆ ਲਾਇਆ ਜੀ ਸੱਚੇ ਦਰਬਾਰ ਕੀ ਸੱਚੇ ਦਰਬਾਰ ਕੀ ਤੇਰੇ ਦਰਬਾਰ ਤੋਂ ਮੇਰੀ ਦਾਦੀ ਨੇ ਬਾਤ ਜੇ ਅਸੀਂ ਦੇਖੀ ਤੇਰੇ ਦਰਬਾਰ ਤੇ ਮੇਰੀ ਅੰਮਾ ਨੇ ਬਾਤ ਜੇ ਅਸੀਂ ਦੇਖੀ ਕਿ ਤੇਰੀ ਰਹਿਮਤ ਦੀ ਨਜ਼ਰ ਹਰ ਇੱਕ ਤੇ ਅਸੀਂ ਦੇਖੀ ਤੇਰੇ ਦਰਬਾਰ ਤੇ ਮੇਰੀ ਦਾਦੀ ਨੇ ਬਾਤ ਜੇ ਅਸੀਂ ਦੇਖੀ ਤੇਰੀ ਰਹਿਮਤ ਦੀ ਨਜ਼ਰ ਹਰ ਇੱਕ ਤੇ ਅਸੀਂ ਦੇਖੀ ਫਿਕਰ ਜਾਏ ਜੋ ਕਿਸਮਤ ਬਿਕਰ ਜਾਏ ਜੋ ਕਿਸਮਤ ਹੋਤੇ ਨੇ ਦਰ ਤੇ ਬਣੀ ਦੇਖੀ ਅਜੀ ਤੁਝੇ ਦੇਖਤੇ ਨਹੀਂ ਪੈਦਾ ਮਗਰ ਚਲੇ ਅਜੀ ਦੇਖੀ ਮਗਰ ਜੋਈ ਅਜੀ ਜੋਈ ਇਹ ਨਗਰਾਂ ਚੋਰੀਆਂ ਵਾਕੇ ਮਾਰੇ ਮਾਰੇ ਕੋਈ ਅੰਦਰੋਂ ਵੀ ਲੱਗਾ ਉਹ ਖੜੀ ਬਣਾਏ ਕੋਈ ਬਤਾ ਜੇ ਕਰਮ ਜੰਗੀਆਂ ਜੁਗਾਂ ਵਾਲੀ ਦਾ ਰੋਹ ਸੱਚੇ ਦਰਬਾਰ ਕੀ ਸੱਚੇ ਦਰਬਾਰ ਕੀ ਇੱਕ ਕਾਲੀ ਹਾਂ ਬਾਬੋ ਆਪਣੇ ਮਾਂ ਪਿਓ ਦੇ ਨਾਲ ਦੀ ਜ਼ਿੰਦਗੀ ਦੇ ਦਰਸੇ ਦੇ ਆਦੂਨੀ ਦਾ ਨਹੀਂ ਦੇਖੀ ਦੇ ਖਾਬੇ ਦੀ ਬਾਪੇ ਦਾ ਸਤਿਕਾਰ ਕਰੇ ਕਰੋ ਮਾਪਿਆਂ ਦੀ ਕਦਰ ਕਰੇ ਕਰੋ ਕਿਉਂਕਿ ਇਹ ਉਹ ਅਨਮੋਲ ਮਿਲੇ ਹੈ ਅਨਮੋਲ ਫੇਰੇ ਹੈ ਸਾਡੇ ਕੋਲ ਜਿਹੜੇ ਇੱਕ ਵਾਰ ਸਾਡੇ ਕੋਲ ਮੁਸ਼ਕਿਲ ਦੇ ਸਮੇਂ ਦੁਨੀਆਂ ਦੀ ਜਿਹੜੀ ਮਾਲੀ ਦੌਲਤ ਦੀ ਤਰੱਕੀ ਕਰਦੇ ਹੋ ਇਹ ਜਿਹੜੇ ਕਹਿੰਦੇ ਆ ਸਾਡੇ ਕੋਲ ਵਾਪਸ ਨਹੀਂ ਹੁੰਦੇ ਦੁਨੀਆਂ ਵਿੱਚ ਨਹੀਂ ਇਸਦਾ ਵਿਵਹਾਰ ਹੁੰਦਾ ਰਿਸ਼ਤਾ ਰੱਬ ਦੀਆਂ ਰਹਿਮਤਾਂ ਦਾ ਇਹ ਰਿਸ਼ਤਾ ਰੱਬ ਦੀਆਂ ਰਹਿਮਤਾਂ ਦਾ ਹਰ ਰਿਸ਼ਤਾ ਨਹੀਂ ਇੰਨਾ ਵਫ਼ਾਦਾਰ ਹੁੰਦਾ ਸੱਤ ਜਨਮਾਂ ਤੱਕ ਨਹੀਂ ਲਾ ਸਕਦਾ ਪੁੱਤਰਾਂ ਦਾ ਇੰਨਾ ਕਰਜ਼ਦਾਰ ਹੁੰਦਾ ਉਸ ਘਰ ਤੋਂ ਚੰਗਾ ਸ਼ਮਸ਼ਾਨ ਉਸ ਘਰ ਤੋਂ ਚੰਗਾ ਸ਼ਮਸ਼ਾਨ ਲੋਕੋ ਜਿੱਥੇ ਮਾਪਿਆਂ ਦਾ ਨਹੀਂ ਸਤਿਕਾਰ ਹੁੰਦਾ ਕਰਨੀ ਸਿੱਖ ਲਓ ਲੋਕੋ ਕਦੇ ਮਾਪਿਆਂ ਦੀ ਇਹਨਾਂ ਦੇ ਚਰਨਾਂ ਤੋਂ ਰੱਬ ਦਾ ਦੀਦਾਰ ਹੁੰਦਾ ਇਹਨਾਂ ਦੇ ਚਰਨਾਂ ਤੋਂ ਰੱਬ ਦਾ ਮਾਂ ਦੀ ਦੁਆ ਕਦੇ ਖਾਲੀ ਨਹੀਂ ਜਾਂਦੀ ਵੈਸੇ ਤਾਂ ਮਾਂ ਕਦੇ ਆਪਣੇ ਬੱਚਿਆਂ ਨੂੰ ਵੱਧ ਦੁਆ ਦਿੰਦੀ ਫਿਰ ਵੀ ਕਦੇ ਅੱਜ ਕੱਲ੍ਹ ਨਸ਼ੇ ਬਹੁਤ ਚੱਲਦੇ ਆ ਨਸ਼ੇ ਦੀ ਦੁਆ ਦੇ ਵਿੱਚ ਪਤਾ ਹੀ ਨਹੀਂ ਲੱਗਦਾ ਕਿ ਆਪਣੀ ਮਾਂ ਦੀ ਗੋਡੇ ਫੜੀ ਆ ਕਿੰਨੀ ਨਹੀਂ ਫੜੀ ਹੋ ਕਿਹਨੂੰ ਧੱਕਾ ਮਾਰ ਦਿੱਤਾ ਬਾਪੂ ਦੇ ਦੰਦ ਮਾਰ ਦਿੱਤੀ ਦੇ ਵਿੱਚ ਨਸ਼ਿਆਂ ਦੀ ਦੁਆ ਦੇ ਵਿੱਚ ਪਤਾ ਹੀ ਲੱਗਦਾ ਅੱਜ ਕੱਲ੍ਹ ਵੈਸੇ ਮਾਪੇ ਕਦੇ ਕਿਸੇ ਨੂੰ ਵੱਧ ਦੁਆ ਦਿੰਦੇ ਨੇ ਆਪਣੇ ਬੱਚਿਆਂ ਨੂੰ ਫਿਰ ਵੀ ਜੇ ਕਦੇ ਦੁਖੀ ਹੋ ਗਈ ਪਰ ਬੜੇ ਸ਼ਰਮ ਦੀ ਗੱਲ ਹੈ ਅੱਜ ਕੱਲ ਤਾਂ ਪੰਜ ਸੱਤ ਪੁੱਤਾਂ ਤੋਂ ਵੀ ਕੱਲੀ ਮਾਂ ਸੰਭਾਲੀ ਨਹੀਂ ਜਾਂਦੀ ਅੱਜ ਕੱਲ ਤਾਂ ਪੰਜ ਸੱਤ ਪੁੱਤਾਂ ਤੋਂ ਵੀ ਕੱਲੀ ਮਾਂ ਸੰਭਾਲੀ ਨਹੀਂ ਜਾਂਦੀ ਵੈਸੇ ਹੁੰਦਾ ਵੀ ਇਹਦੀਆਂ ਦਿਲਾਂ ਦੀ ਜਦੋਂ ਕਿਸੇ ਮਾਂ ਦੇ ਕਿਸੇ ਪਿਓ ਦੇ ਪੰਜ ਸੱਤ ਪੁੱਤਰ ਹੋਣ ਨਾ ਫਿਰ ਬੁਢੇਪੇ ਵੇਲੇ ਆਖਰੀ ਵੇਲੇ ਬਾਲੀਆਂ ਪੈਣ ਲੱਗ ਜਾਂਦੀਆਂ ਕਿ ਮਹੀਨਾ ਇੱਕ ਬੇਬੇ ਨੂੰ ਦੋ ਰੱਖ ਲੈ ਇੱਕ ਮਹੀਨਾ ਬਾਬੂ ਨੂੰ ਮੈਂ ਰੱਖਾਂਗਾ ਜੇ ਇਹਦਾ ਹੁੰਦੀ ਹੈ ਤਾਂ ਨਾਲੇ ਬਚਾ ਲਿਓ ਉਹਨਾਂ ਮੇਰੇ ਵੀਰਾਂ ਦੇ ਲਈ ਗੱਲਾਂ ਬੜੇ ਬੁੱਢੀ ਹੋ ਗਏ ਮਾਪਿਆਂ ਨੂੰ ਧੱਕੇ ਮਾਰ ਦਿਓ ਕਿ ਸਾਨੂੰ ਬਹੁਤੇ ਪੈਸੇ ਦੀ ਵੀ ਕੋਈ ਭੁੱਖ ਨਹੀਂ ਉਹ ਜਿਹਨਾਂ ਕੋਲ ਹੈ ਜ਼ਿਆਦਾ ਉਹਨਾਂ ਦਾ ਵੀ ਕੋਈ ਦੁੱਖ ਨਹੀਂ ਸਾਨੂੰ ਬਹੁਤੇ ਪੈਸੇ ਦੀ ਵੀ ਕੋਈ ਭੁੱਖ ਨਹੀਂ ਜਿਹਨਾਂ ਕੋਲ ਹੈ ਜ਼ਿਆਦਾ ਉਹਨਾਂ ਦਾ ਵੀ ਕੋਈ ਦੁੱਖ ਨਹੀਂ ਦੁੱਖ ਆਉਂਦਾ ਹੈ ਉਹਨਾਂ ਮਾਪਿਆਂ ਦਾ ਜਿਹਨਾਂ ਮਾਪਿਆਂ ਦੇ ਕੋਈ ਪੁੱਤ ਨਹੀਂ ਆਏ ਲੱਖ ਲੱਖ ਇਹੋ ਜਿਹੇ ਪੁੱਤਰਾਂ ਦੇ ਜਿਹਦੇ ਮਾਪਿਆਂ ਨੂੰ ਕੋਈ ਸੁੱਖ ਨਹੀਂ ਜਿਹਦੇ ਮਾਪਿਆਂ ਨੂੰ ਕੋਈ ਸੁੱਖ ਨਹੀਂ ਜਿਹਦੇ ਮਾਪਿਆਂ ਨੂੰ ਕੋਈ ਸੁੱਖ ਨਹੀਂ ਬੜਾ ਪਿਆਰ ਬੜਾ ਸਤਿਕਾਰ ਤੁਸੀਂ ਸਾਰੇ ਦੇ ਰਹੇ ਹੋ ਬੜਾ ਦਿਲ ਦਾ ਸ਼ੁਕਰਗੁਜ਼ਾਰ ਔਰ ਅੱਛਾ ਚਲੋ ਕੋਈ ਨਾ ਗੱਲ ਮਾਂ ਦੀ ਕੀਤੀ ਹੈ ਮੈਂ ਹੁਣ ਚਾਹਾਂਗਾ ਇੱਕ ਵਾਰ ਤਾੜੀ ਆਪਣੇ ਬਾਪੂ ਦੇ ਨਾਂ ਦੇ ਬੁਲਾ ਦਿਓ ਬਾਬਾ ਜੀ
ਜਿਹੜਾ ਵੀ ਦੁਨੀਆਂ ਦੇ ਵਿੱਚ ਸ਼ਾਇਰ ਹੁੰਦਾ, ਜਿਹੜਾ ਵੀ ਰਾਈਟਰ ਆਉਂਦਾ, ਜਿਹੜਾ ਵੀ ਕਲਾਕਾਰ ਆਉਂਦਾ, ਬਸ ਮਾਂ ਦੀ ਸਿਫਤ ਕਰੀ ਜਾਂਦਾ। ਬਾਪੂ ਨੂੰ ਕੋਈ ਪੁੱਛ ਨਹੀਂ, ਮਾਂ ਦੇ ਪੈਰਾਂ ਹੇਠਾਂ ਚੱਲਣਾ ਪਿਆ, ਮਾਂ ਦੇ ਪੈਰਾਂ ਹੇਠਾਂ ਜੰਨਤ ਹੈ, ਮਾਂ ਦੇ ਪੈਰਾਂ ਹੇਠਾਂ ਜੰਨਤ ਹੈ, ਮਾਂ ਦੇ ਪੈਰਾਂ ਹੇਠਾਂ ਜੰਨਤ ਹੈ। ਮੈਂ ਇਸ ਗੱਲ ਤੋਂ ਮਨਾ ਨਹੀਂ ਕਰਦਾ, ਪਰ ਜੇ ਮਾਂ ਦੇ ਪੈਰਾਂ ਹੇਠਾਂ ਜੰਨਤ ਹੈ ਤੇ ਬਾਪੂ ਉਸ ਜੰਨਤ ਦਾ ਦਰਵਾਜ਼ਾ ਹੈ। ਜਦੋਂ ਤੱਕ ਇਹ ਦਰਵਾਜ਼ਾ ਖੁੱਲੇਗਾ ਨਹੀਂ, ਤੁਸੀਂ ਜੰਨਤ ਪਾ ਨਹੀਂ ਸਕਦੇ, ਤੁਸੀਂ ਜੰਨਤ ਦਾ ਜਾ ਨਹੀਂ ਸਕਦੇ। ਔਰ ਬਾਪੂ ਦੀ ਸ਼ਾਨ ਦੇ ਵਿੱਚ ਸ਼ਾਇਰ ਕੀ ਲਿਖਦਾ ਹੈ ਕਿ ਮਾਂ ਮਾਂ ਤਾਂ ਹਰ ਕੋਈ ਆਖਦਾ ਹੈ, ਮਾਂ ਤਾਂ ਹਰ ਕੋਈ ਆਖਦਾ ਹੈ, ਉਹ ਬਾਪੂ ਕਿਸੇ ਨੂੰ ਵੀ ਨਹੀਂ ਉਹ ਯਾਦ ਰਹਿੰਦਾ, ਹੁਣ ਤਾਂ ਬਾਪੂ ਵੀ ਰੱਬ ਦਾ ਰੂਪ ਲੋਕੋ ਜਿਹਦੇ ਸਿਰ ਤੇ ਘਰ ਆਵਾਜ਼। ਮਾਂ ਮਾਂ ਤਾਂ ਹਰ ਕੋਈ ਆਖਦਾ ਹੈ, ਉਹ ਬਾਪੂ ਕਿਸੇ ਨੂੰ ਵੀ ਨਹੀਂ ਉਹ ਯਾਦ ਰਹਿੰਦਾ, ਹੁਣ ਤਾਂ ਬਾਪੂ ਵੀ ਰੱਬ ਦਾ ਰੂਪ ਲੋਕੋ ਜਿਹਦੇ ਸਿਰ ਤੇ ਘਰ ਆਵਾਜ਼ ਰਹਿੰਦਾ। ਪਿਓ ਦੇ ਸੀਨੇ ਚ ਵੀ ਇੱਕ ਦਿਲ ਧਰ ਕੇ, ਪਿਓ ਦੇ ਸੀਨੇ ਵਿੱਚ ਵੀ ਇੱਕ ਦਿਲ ਧਰ ਕੇ, ਜਿਹੜਾ ਔਲਾਦ ਦੀ ਖੁਸ਼ੀ ਲਈ ਹਰ ਪਲ ਬੇਤਾਬ ਰਹਿੰਦਾ, ਉਹ ਪਿਓ ਦੇ ਪਿਆਰ ਨੂੰ ਸਾਰੇ ਹੀ ਭੁੱਲ ਜਾਂਦੇ, ਪਿਓ ਦੇ ਗੁੱਸੇ ਦਾ ਸਾਰਿਆਂ ਨੂੰ ਹਿਸਾਬ ਰਹਿੰਦਾ, ਪਿਓ ਦੇ ਗੁੱਸੇ ਦਾ ਸਾਰਿਆਂ ਨੂੰ ਹਿਸਾਬ ਰਹਿੰਦਾ, ਪਿਓ ਦੇ ਗੁੱਸੇ ਦਾ ਸਾਰਿਆਂ ਨੂੰ ਹਿਸਾਬ ਰਹਿੰਦਾ। ਸੋ ਮੈਂ ਆਦ ਸ਼ਕਤੀ ਮਾਂ ਦੁਰਗਾ ਸ਼ਕਤੀ ਮਾਂ ਸ਼ੇਰਾ ਵਾਲੀ ਮਾਂ ਮੇਰਾ ਵਾਲੀ ਕੰਜਕ ਰੂਪ ਦੇ ਵਿੱਚ ਦਰਸ਼ਨ ਦੀਦਾਰ ਦੇ ਵਾਸਤੇ ਸੰਗਤਾਂ ਦੇ ਵਿਚਕਾਰ ਆ ਰਿਹਾ। ਸੋ ਇੱਕ ਵਾਰ ਫਿਰ ਉਹੀ ਆਵਾਜ਼, ਉਹੀ ਅੰਦਾਜ਼, ਜਨਾਬ ਅਵਤਾਰ ਗੁੱਸਾ ਸੁਣੀ ਕੀ ਪੀਰ ਆ।
ਜੈ ਕਾਲਾ ਮਾਤਾ ਜੀ ਦੀ ਜੈ ਜੈ ਹੋ ਸੱਚੇ ਜੀ ਦਾ ਆਗਮਨ ਜੀ ਜੈ
Oh,
ਕੌਣ ਉਹ ਪਿੰਡ ਦੇ ਬਾਕੀ ਦਾ ਰਿਸ਼ਤੇਦਾਰ ਨਹੀਂ ਹੈ ਨੱਚਦੀਆਂ ਕਾਲੀ ਮਾਤਾ ਦੇਖਣੀ ਕਿਹਨੀ ਸੌੜੀ ਥੱਕਦੀ ਅੱਜ ਪਹਿਲੇ ਜਗ੍ਹਾ ਮਿਲੇ
ਜਿਹਨਾਂ ਨੇ